ਸਾਡੇ SSP ਦਿਹਾਤੀ ਸ਼੍ਰੀ ਸੰਦੀਪ ਗੋਇਲ ਜੀ ਨੂੰ ਇਹ ਇਨਫੋਰਮੇਸ਼ਨ ਸੀ ਕਿ ਕਈ ਦਿਨਾਂ ਤੋਂ ਜਿਹੜੀ ਇਲਾਕੇ ਦੇ ਵਿੱਚ ਮਹਿੰਗੀ ਸ਼ਰਾਬ, ਡੁਪਲੀਕੇਟ ਮਹਿੰਗੀ ਸ਼ਰਾਬ ਦੀ ਸਮਗਲਿੰਗ ਹੋ ਰਹੀ ਹੈ ਅਤੇ ਉਹਨੂੰ ਚੀਪ ਬ੍ਰਾਂਡਸ ਦੇ ਵਿੱਚੋਂ ਮਹਿੰਗੇ ਬ੍ਰਾਂਡਸ ਦੇ ਵਿੱਚ ਭਰ ਕੇ ਕਿਸੇ ਜਗ੍ਹਾ 'ਤੇ ਉਹਦੀ ਸਮਗਲਿੰਗ ਹੋ ਰਹੀ ਹੈ। ਉਹਦੇ ਕਰਕੇ ਅਸੀਂ ਆਪਣੇ ਗੁਪਤ ਸੋਰਸਿਸ ਲਾਏ ਹੋਏ ਸੀ। ਅੱਜ SHO ਜੋਧਾ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਜ਼ਖੀਰਾ ਸ਼ਰਾਬ ਦਾ ਖਡੂਰ ਰੋਡ 'ਤੇ ਜਿਹੜਾ ਜਮ੍ਹਾਂ ਕੀਤਾ ਹੈ, ਜਿੱਥੇ ਚੀਪ ਸ਼ਰਾਬ ਤੋਂ ਮਹਿੰਗੇ ਬ੍ਰਾਂਡ, ਜਿਵੇਂ ਆ ਤੁਸੀਂ ਦੇਖਿਆ ATC ਸਾਹਿਬ ਨੇ ਦੱਸਿਆ, ਨਵਦੀਪ ਜੀ ਨੇ ਦੱਸਿਆ, ਅਤੇ ਇੱਥੇ ਜਿਹੜੀ 999 ਇੱਕ ਬ੍ਰਾਂਡ ਹੈ, ਬੜਾ ਚੀਪ ਬ੍ਰਾਂਡ ਹੈ, ਜਿਹੜੀ 300-400 ਦੀ ਬੋਤਲ ਹੈ, ਉਹ ਬੋਤਲ ਨੂੰ ਮਹਿੰਗੀਆਂ ਸ਼ਰਾਬਾਂ ਜਿਸ ਤਰ੍ਹਾਂ ਸ਼ਵਾਸ ਰੀਗਲ 20, ਸ਼ਵਾਸ ਰੀਗਲ 18, ਤੁਸੀਂ ਦੇਖਿਆ ਬਲੈਕ ਲੈਵਲ 18, ਫਿਰ ਗਲੈਂਡ ਫਟਿਚ, ਗਲੈਂਡ ਲਿਵਿਟ, ਜੋ ਮਹਿੰਗੀ ਸਕੋਚਿਸ ਨੇ, ਉਹ ਸਕੋਚਿਸ ਨੂੰ ਦੇ ਵਿੱਚ ਭਰ ਕੇ ਗੌਰਮੈਂਟ ਦੇ ਰੈਵਨਿਊ ਨੂੰ ਭਾਰੀ ਲਾਸ ਕੀਤਾ ਜਾ ਰਿਹਾ, ਪਬਲਿਕ ਨਾਲ ਧੋਖਾ ਦਿੱਤਾ ਜਾ ਰਿਹਾ, ਪਬਲਿਕ ਨਾਲ ਫਰੋਡ ਕੀਤਾ ਜਾ ਰਿਹਾ। ਇਹਦੇ ਰਿਗਾਰਡਿੰਗ ਅਸੀਂ ਬਾਈ ਨੇਮ ਦੋ ਬੰਦਿਆਂ ਦੇ ਖਿਲਾਫ਼ ਕੇਸ ਰਜਿਸਟਰ ਕੀਤਾ, ਅਸੀਂ ਰੈਲਵੈਂਟ ਸੈਕਸ਼ਨ ਦੇ ਵਿੱਚ ਕੇਸ ਰਜਿਸਟਰ ਕਰ ਲਿਆ ਅੰਡਰ 420, 467, 468, 471 IPC ਐਕਸਾਈਜ਼ ਐਕਟ। ਹੁਣ ਇਹਦੀ ਥੋਰੋ ਇਨਵੈਸਟੀਗੇਸ਼ਨ ਹੋਊਗੀ, ਇਹ ਜੁਆਇੰਟ ਰੇਟ ਹੈ ਐਕਸਾਈਜ਼ ਡਿਪਾਰਟਮੈਂਟ ਦਾ ਅਤੇ ਪੰਜਾਬ ਪੁਲਿਸ ਦਾ। ਸਰ ਇਹਦੇ ਕਿਸੇ ਠੇਕੇਦਾਰ ਦੀ ਇਨਵੋਲਵਮੈਂਟ ਨਹੀਂ? ਐਸ ਸੱਚ ਅਜੇ ਤੱਕ ਦੇਖੋ ਕਿਸੇ ਦੀ ਇਨਵੋਲਵਮੈਂਟ ਕਿਸੇ ਦਾ ਨਹੀਂ ਅਜੇ ਤੱਕ। ਅਸੀਂ ਸਿਰਫ ਦੋ ਅਕਿਊਜ਼ ਜਿਹੜੇ ਇੱਥੇ ਭਰ ਰਹੇ ਸੀ ਉਹਨਾਂ ਨੂੰ ਕਾਬੂ ਕੀਤਾ, ਉਹਨਾਂ ਨੂੰ ਅਰੈਸਟ ਕੀਤਾ, ਅੱਗੇ ਫਰਦਰ ਇਨਵੈਸਟੀਗੇਸ਼ਨ ਹੋਣੀ, ਫਿਰ ਇਨਵੈਸਟੀਗੇਸ਼ਨ ਜਿਹਦਾ ਨਾਮ ਸਾਹਮਣੇ ਉਹਨਾਂ ਨੂੰ ਬੁੱਕ ਕੀਤਾ। ਸਰ ਉਹ ਕਿੱਥੇ ਵੇਚਦੇ ਸੀ ਜਾਂ ਕੁਛ ਇਹਦਾ ਕੋਈ ਸੋਰਸ ਪਤਾ ਲੱਗੇ? ਦੇਖੋ ਅਜੇ ਬੜੀ ਇਨੀਸ਼ੀਅਲ ਸਟੇਜ ਹੈ, ਅਜੇ ਇਨਵੈਸਟੀਗੇਸ਼ਨ ਦੀ ਬਿਗਨਿੰਗ ਹੈ, ਅਜੇ ਮੈਂ ਇਹਦੇ ਬਾਰੇ ਤੁਹਾਨੂੰ ਨਹੀਂ ਦੱਸ ਸਕਦਾ, ਅਜੇ ਦੀ ਥੋਰੋ ਇਨਵੈਸਟੀਗੇਸ਼ਨ ਹੋਣੀ ਹੈ ਫਿਰ ਉਸ ਤੋਂ ਬਾਅਦ।